ਉੱਥੇ ਦੀਆਂ ਤਸਵੀਰਾਂ ਨੇ ਜਿੱਥੇ ਮੀਂਹ ਦੇ ਕਾਰਨ ਜ਼ਮੀਨ ਦੇ ਵਿੱਚ ਪੂਰੀ ਦੀ ਪੂਰੀ ਇਮਾਰਤ ਹੀ ਧਸ ਗਈ, ਜਿਸ ਕਰਕੇ ਵੱਡਾ ਨੁਕਸਾਨ ਹੋਇਆ। ਇੱਥੋਂ ਤੱਕ ਕਿ ਜਿਸ ਥਾਂ ਤੇ ਇਹ ਜ਼ਮੀਨ ਧਸੀ ਹੈ ਉਸ ਦੇ ਨਾਲ ਲੱਗਦੀਆਂ ਦੁਕਾਨਾਂ ਤੇ ਵੀ ਖਤਰਾ ਮੰਡਰਾਉਣ ਲੱਗ ਗਿਆ। ਦੱਸਿਆ ਜਾ ਰਿਹਾ ਕਿ ਇਮਾਰਤ ਇਹ ਗੰਦੇ ਨਾਲੇ ਤੇ ਬਣਾਈ ਗਈ ਸੀ, ਜਿਸ ਕਰਕੇ ਇਸ ਇਮਾਰਤ ਦਾ ਲੈਂਟਰ ਬੇਹੱਦ ਖਸਤਾ ਹਾਲ ਹੋ ਗਿਆ ਸੀ। ਇਸੇ ਕਰਕੇ ਹੀ ਮੀਂਹ ਦੀ ਮਾਰ ਨਹੀਂ ਚੱਲ ਸਕਿਆ ਤੇ ਪੂਰੀ ਦੀ ਪੂਰੀ ਇਮਾਰਤ ਹੀ ਜਿਹੜੀ ਹੈ ਉਹ ਜ਼ਮੀਨ 'ਚ ਧਸ ਗਈ। ਇਸ ਤੋਂ ਬਾਅਦ ਨਾਲ ਲੱਗਦੀਆਂ ਦੁਕਾਨਾਂ ਨੂੰ ਬਚਾਉਣ ਦੇ ਲਈ, ਲੋਕਾਂ ਨੂੰ ਬਚਾਉਣ ਦੇ ਲਈ ਇੱਥੇ ਪ੍ਰਸ਼ਾਸਨ ਦੇ ਵੱਲੋਂ ਖੁਦ JCB ਮਸ਼ੀਨਾਂ ਲੈ ਕੇ ਇਹਨਾਂ ਦੁਕਾਨਾਂ ਨੂੰ ਤੋੜਿਆ ਜਾ ਰਿਹਾ ਹੈ। ਤਸਵੀਰਾਂ ਪਟਿਆਲਾ ਦੀਆਂ ਨੇ। ਦੱਸ ਦਈਏ ਕਿ ਪਟਿਆਲਾ ਦੇ ਲਾਹੌਰੀ ਗੇਟ ਇਲਾਕੇ ਦੇ ਵਿੱਚ ਲਗਾਤਾਰ ਪਏ ਮੀਂਹ ਤੋਂ ਬਾਅਦ ਇਮਾਰਤ ਜਿਹੜੀ ਹੈ ਪੂਰੀ ਦੀ ਪੂਰੀ ਜ਼ਮੀਨ ਦੇ ਅੰਦਰ ਧਸ ਗਈ, ਜਿਸ ਕਰਕੇ ਨਾਲ ਲੱਗਦੀਆਂ ਦੁਕਾਨਾਂ ਤੇ ਵੀ ਖਤਰਾ ਮੰਡਰਾਉਣ ਲੱਗ ਗਿਆ, ਕਿਉਂਕਿ ਇਹ ਸਾਰੀ ਇਮਾਰਤ ਤੇ ਮਾਰਕੀਟ ਜਿਹੜੀ ਹੈ ਗੰਦੇ ਨਾਲੇ ਤੇ ਬਣਾਈ ਦੱਸੀ ਜਾ ਰਹੀ ਹੈ, ਜਿਸ ਕਰਕੇ ਇਸਦੇ ਲੈਂਟਰ ਜਿਹੜਾ ਆ ਉਹ ਖਸਤਾ ਹਾਲ ਹੋ ਚੁੱਕਿਆ ਸੀ ਤੇ ਇਸਦੇ ਨਾਲ ਲੱਗਦੀਆਂ ਦੁਕਾਨਾਂ ਤੇ ਵੀ ਖਤਰਾ ਬਣਿਆ ਹੋਇਆ ਸੀ ਡਿੱਗਣ ਦਾ, ਜਿਸ ਲਈ ਇੱਥੇ ਪ੍ਰਸ਼ਾਸਨ ਦੇ ਵੱਲੋਂ ਖੁਦ ਪਹੁੰਚ ਕੇ JCB ਮਸ਼ੀਨਾਂ ਦੇ ਨਾਲ ਇਹਨਾਂ ਦੁਕਾਨਾਂ ਨੂੰ ਵੀ ਢਾਇਆ ਗਿਆ, ਜਿਸ ਦੇ ਨਾਲ ਇੱਥੇ ਦੁਕਾਨਦਾਰਾਂ ਦਾ ਵੀ ਵੱਡਾ ਨੁਕਸਾਨ ਹੋਇਆ। ਦੁਕਾਨਦਾਰਾਂ ਦਾ ਲੱਖਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਜੋ ਇਸ ਇਮਾਰਤ ਦੇ ਧਸਣ ਨਾਲ ਹੋਇਆ ਹੈ ਤੇ ਜੋ ਬਾਕੀ ਦੁਕਾਨਾਂ ਨੂੰ ਢਾਇਆ ਗਿਆ ਹੈ। ਪਰ ਇੱਥੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਦੀ ਜਾਨ ਬਚਾਉਣ ਦੇ ਲਈ ਤੇ ਕਿਸੇ ਵੱਡੇ ਹਾਦਸੇ ਨੂੰ ਟਾਲਣ ਦੇ ਲਈ ਇਹ ਕਾਰਵਾਈ ਕੀਤੀ ਗਈ ਹੈ ਕਿ ਜੋ ਨਾਲ ਲੱਗਦੀਆਂ ਦੁਕਾਨਾਂ ਕਦੇ ਵੀ ਡਿੱਗ ਸਕਦੀਆਂ ਸਨ ਉਹਨਾਂ ਨੂੰ JCB ਦੀ ਮਦਦ ਨਾਲ ਪਹਿਲਾਂ ਹੀ ਢਾ ਦਿੱਤਾ ਗਿਆ ਹੈ ਤਾਂ ਜੋ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ। ਤਬਾਹੀ ਦੀਆਂ ਤਸਵੀਰਾਂ ਨੇ ਜਿੱਥੇ ਮੀਂਹ ਦੇ ਕਾਰਨ ਜ਼ਮੀਨ ਦੇ ਵਿੱਚ ਪੂਰੀ ਦੀ ਪੂਰੀ ਇਮਾਰਤ ਹੀ ਧਸ ਗਈ, ਜਿਸ ਕਰਕੇ ਵੱਡਾ ਨੁਕਸਾਨ ਹੋਇਆ। ਇੱਥੋਂ ਤੱਕ ਕਿ ਜਿਸ ਥਾਂ ਤੇ ਇਹ ਜ਼ਮੀਨ ਧਸੀ ਹੈ ਉਸ ਦੇ ਨਾਲ ਲੱਗਦੀਆਂ ਦੁਕਾਨਾਂ ਤੇ ਵੀ ਖਤਰਾ ਮੰਡਰਾਉਣ ਲੱਗ ਗਿਆ ਹੈ। ਦੱਸਿਆ ਜਾ ਰਿਹਾ ਕਿ ਇਮਾਰਤ ਇਹ ਗੰਦੇ ਨਾਲੇ ਤੇ ਬਣਾਈ ਗਈ ਸੀ, ਜਿਸ ਕਰਕੇ ਇਸ ਇਮਾਰਤ ਦਾ ਲੈਂਟਰ ਬੇਹੱਦ ਖਸਤਾ ਹਾਲ ਹੋ ਗਿਆ ਸੀ। ਇਸੇ ਕਰਕੇ ਹੀ ਮੀਂਹ ਦੀ ਮਾਰ ਨਹੀਂ ਚੱਲ ਸਕਿਆ ਤੇ ਪੂਰੀ ਦੀ ਪੂਰੀ ਇਮਾਰਤ ਹੀ ਜਿਹੜੀ ਹੈ ਉਹ ਜ਼ਮੀਨ 'ਚ ਧਸ ਗਈ। ਇਸ ਤੋਂ ਬਾਅਦ ਨਾਲ ਲੱਗਦੀਆਂ ਦੁਕਾਨਾਂ ਨੂੰ ਬਚਾਉਣ ਦੇ ਲਈ, ਲੋਕਾਂ ਨੂੰ ਬਚਾਉਣ ਦੇ ਲਈ ਇੱਥੇ ਪ੍ਰਸ਼ਾਸਨ ਦੇ ਵੱਲੋਂ ਖੁਦ JCB ਮਸ਼ੀਨਾਂ ਲੈ ਕੇ ਇਹਨਾਂ ਦੁਕਾਨਾਂ ਨੂੰ ਤੋੜਿਆ ਜਾ ਰਿਹਾ ਹੈ। ਤਸਵੀਰਾਂ ਪਟਿਆਲਾ ਦੀਆਂ ਨੇ। ਦੱਸ ਦਈਏ ਕਿ ਪਟਿਆਲਾ ਦੇ ਲਾਹੌਰੀ ਗੇਟ ਇਲਾਕੇ ਦੇ ਵਿੱਚ ਲਗਾਤਾਰ ਪਏ ਮੀਂਹ ਤੋਂ ਬਾਅਦ ਇਮਾਰਤ ਜਿਹੜੀ ਹੈ ਪੂਰੀ ਦੀ ਪੂਰੀ ਜ਼ਮੀਨ ਦੇ ਅੰਦਰ ਧਸ ਗਈ, ਜਿਸ ਕਰਕੇ ਨਾਲ ਲੱਗਦੀਆਂ ਦੁਕਾਨਾਂ ਤੇ ਵੀ ਖਤਰਾ ਮੰਡਰਾਉਣ ਲੱਗ ਗਿਆ, ਕਿਉਂਕਿ ਇਹ ਸਾਰੀ ਇਮਾਰਤ ਤੇ ਮਾਰਕੀਟ ਜਿਹੜੀ ਹੈ ਗੰਦੇ ਨਾਲੇ ਤੇ ਬਣਾਈ ਦੱਸੀ ਜਾ ਰਹੀ ਹੈ, ਜਿਸ ਕਰਕੇ ਇਸਦੇ ਲੈਂਟਰ ਜਿਹੜਾ ਆ ਉਹ ਖਸਤਾ ਹਾਲ ਹੋ ਚੁੱਕਿਆ ਸੀ ਤੇ ਇਸਦੇ ਨਾਲ ਲੱਗਦੀਆਂ ਦੁਕਾਨਾਂ ਤੇ ਵੀ ਖਤਰਾ ਬਣਿਆ ਹੋਇਆ ਸੀ ਡਿੱਗਣ ਦਾ, ਜਿਸ ਲਈ ਇੱਥੇ ਪ੍ਰਸ਼ਾਸਨ ਦੇ ਵੱਲੋਂ ਖੁਦ ਪਹੁੰਚ ਕੇ JCB ਮਸ਼ੀਨਾਂ ਦੇ ਨਾਲ ਇਹਨਾਂ ਦੁਕਾਨਾਂ ਨੂੰ ਵੀ ਢਾਇਆ ਗਿਆ, ਜਿਸ ਦੇ ਨਾਲ ਇੱਥੇ ਦੁਕਾਨਦਾਰਾਂ ਦਾ ਵੀ ਵੱਡਾ ਨੁਕਸਾਨ ਹੋਇਆ। ਦੁਕਾਨਦਾਰਾਂ ਦਾ ਲੱਖਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਜੋ ਇਸ ਇਮਾਰਤ ਦੇ ਧਸਣ ਨਾਲ ਹੋਇਆ ਹੈ ਤੇ ਜੋ ਬਾਕੀ ਦੁਕਾਨਾਂ ਨੂੰ ਢਾਇਆ ਗਿਆ ਹੈ। ਪਰ ਇੱਥੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਦੀ ਜਾਨ ਬਚਾਉਣ ਦੇ ਲਈ ਤੇ ਕਿਸੇ ਵੱਡੇ ਹਾਦਸੇ ਨੂੰ ਟਾਲਣ ਦੇ ਲਈ ਇਹ ਕਾਰਵਾਈ ਕੀਤੀ ਗਈ ਹੈ ਕਿ ਜੋ ਨਾਲ ਲੱਗਦੀਆਂ ਦੁਕਾਨਾਂ ਕਦੇ ਵੀ ਡਿੱਗ ਸਕਦੀਆਂ ਸਨ ਉਹਨਾਂ ਨੂੰ JCB ਦੀ ਮਦਦ ਨਾਲ ਪਹਿਲਾਂ ਹੀ ਢਾ ਦਿੱਤਾ ਗਿਆ ਹੈ ਤਾਂ ਜੋ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ। ਤਬਾਹੀ ਦੀਆਂ ਤਸਵੀਰਾਂ ਨੇ ਜਿੱਥੇ ਮੀਂਹ ਦੇ ਕਾਰਨ ਜ਼ਮੀਨ ਦੇ ਵਿੱਚ ਪੂਰੀ ਦੀ ਪੂਰੀ ਇਮਾਰਤ ਹੀ ਧਸ ਗਈ, ਜਿਸ ਕਰਕੇ ਵੱਡਾ ਨੁਕਸਾਨ ਹੋਇਆ। ਇੱਥੋਂ ਤੱਕ ਕਿ ਜਿਸ ਥਾਂ ਤੇ ਇਹ ਜ਼ਮੀਨ ਧਸੀ ਹੈ ਉਸ ਦੇ ਨਾਲ ਲੱਗਦੀਆਂ ਦੁਕਾਨਾਂ ਤੇ ਵੀ ਖਤਰਾ ਮੰਡਰਾਉਣ ਲੱਗ ਗਿਆ।
ਦੱਸਿਆ ਜਾ ਰਿਹਾ ਕਿ ਇਮਾਰਤ ਇਹ ਗੰਦੇ ਨਾਲੇ ਤੇ ਬਣਾਈ ਗਈ ਸੀ, ਜਿਸ ਕਰਕੇ ਇਸ ਇਮਾਰਤ ਦਾ ਲੈਂਟਰ ਬੇਹੱਦ ਖਸਤਾ ਹਾਲ ਹੋ ਗਿਆ ਸੀ। ਇਸੇ ਕਰਕੇ ਹੀ ਮੀਂਹ ਦੀ ਮਾਰ ਨਹੀਂ ਚੱਲ ਸਕਿਆ ਤੇ ਪੂਰੀ ਦੀ ਪੂਰੀ ਇਮਾਰਤ ਹੀ ਜਿਹੜੀ ਹੈ ਉਹ ਜ਼ਮੀਨ 'ਚ ਧਸ ਗਈ। ਇਸ ਤੋਂ ਬਾਅਦ ਨਾਲ ਲੱਗਦੀਆਂ ਦੁਕਾਨਾਂ ਨੂੰ ਬਚਾਉਣ ਦੇ ਲਈ, ਲੋਕਾਂ ਨੂੰ ਬਚਾਉਣ ਦੇ ਲਈ ਇੱਥੇ ਪ੍ਰਸ਼ਾਸਨ ਦੇ ਵੱਲੋਂ ਖੁਦ JCB ਮਸ਼ੀਨਾਂ ਲੈ ਕੇ ਇਹਨਾਂ ਦੁਕਾਨਾਂ ਨੂੰ ਤੋੜਿਆ ਜਾ ਰਿਹਾ ਹੈ। ਤਸਵੀਰਾਂ ਪਟਿਆਲਾ ਦੀਆਂ ਨੇ। ਦੱਸ ਦਈਏ ਕਿ ਪਟਿਆਲਾ ਦੇ ਲਾਹੌਰੀ ਗੇਟ ਇਲਾਕੇ ਦੇ ਵਿੱਚ ਲਗਾਤਾਰ ਪਏ ਮੀਂਹ ਤੋਂ ਬਾਅਦ ਇਮਾਰਤ ਜਿਹੜੀ ਹੈ ਪੂਰੀ ਦੀ ਪੂਰੀ ਜ਼ਮੀਨ ਦੇ ਅੰਦਰ ਧਸ ਗਈ, ਜਿਸ ਕਰਕੇ ਨਾਲ ਲੱਗਦੀਆਂ ਦੁਕਾਨਾਂ 'ਤੇ ਵੀ ਖਤਰਾ ਮੰਡਰਾਉਣ ਲੱਗ ਗਿਆ, ਕਿਉਂਕਿ ਇਹ ਸਾਰੀ ਇਮਾਰਤ ਅਤੇ ਮਾਰਕੀਟ ਜਿਹੜੀ ਹੈ ਗੰਦੇ ਨਾਲੇ 'ਤੇ ਬਣਾਈ ਦੱਸੀ ਜਾ ਰਹੀ ਹੈ, ਜਿਸ ਕਰਕੇ ਇਸਦੇ ਲੈਂਟਰ ਜਿਹੜਾ ਆ ਉਹ ਖਸਤਾ ਹਾਲ ਹੋ ਚੁੱਕਿਆ ਸੀ ਅਤੇ ਇਸਦੇ ਨਾਲ ਲੱਗਦੀਆਂ ਦੁਕਾਨਾਂ 'ਤੇ ਵੀ ਖਤਰਾ ਬਣਿਆ ਹੋਇਆ ਸੀ ਡਿੱਗਣ ਦਾ, ਜਿਸ ਲਈ ਇੱਥੇ ਪ੍ਰਸ਼ਾਸਨ ਦੇ ਵੱਲੋਂ ਖੁਦ ਪਹੁੰਚ ਕੇ JCB ਮਸ਼ੀਨਾਂ ਦੇ ਨਾਲ ਇਹਨਾਂ ਦੁਕਾਨਾਂ ਨੂੰ ਵੀ ਢਾਇਆ ਗਿਆ, ਜਿਸ ਦੇ ਨਾਲ ਇੱਥੇ ਦੁਕਾਨਦਾਰਾਂ ਦਾ ਵੀ ਵੱਡਾ ਨੁਕਸਾਨ ਹੋਇਆ। ਦੁਕਾਨਦਾਰਾਂ ਦਾ ਲੱਖਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਜੋ ਇਸ ਇਮਾਰਤ ਦੇ ਧਸਣ ਨਾਲ ਹੋਇਆ ਹੈ ਅਤੇ ਜੋ ਬਾਕੀ ਦੁਕਾਨਾਂ ਨੂੰ ਢਾਇਆ ਗਿਆ ਹੈ। ਪਰ ਇੱਥੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਦੀ ਜਾਨ ਬਚਾਉਣ ਦੇ ਲਈ ਅਤੇ ਕਿਸੇ ਵੱਡੇ ਹਾਦਸੇ ਨੂੰ ਟਾਲਣ ਦੇ ਲਈ ਇਹ ਕਾਰਵਾਈ ਕੀਤੀ ਗਈ ਹੈ ਕਿ ਜੋ ਨਾਲ ਲੱਗਦੀਆਂ ਦੁਕਾਨਾਂ ਕਦੇ ਵੀ ਡਿੱਗ ਸਕਦੀਆਂ ਸਨ ਉਹਨਾਂ ਨੂੰ JCB ਦੀ ਮਦਦ ਨਾਲ ਪਹਿਲਾਂ ਹੀ ਢਾ ਦਿੱਤਾ ਗਿਆ ਹੈ ਤਾਂ ਜੋ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ।